ਇਹ ਮੋਦੀ ਦੀ ਕੁਫਰ ਕਿੱਲੀ ਹੈ ਨਾ ਲਿਟ, ਇਹ ਮੋਦੀ ਦੀ ਕੁਫਰ ਕਿੱਲੀ ਤੋਂ ਨੱਪੋ, ਤੁਸੀਂ ਮੁਸਲਮਾਨਾਂ ਦੇ ਸਿਪਾ ਸਲਾਰ ਹੋ, ਇਹਦੀ ਕੁਫਰ ਕਿੱਲੀ ਤੋਂ ਨੱਪ ਕੇ ਅਤੇ ਮਕਬੂਜ਼ਾ ਕਸ਼ਮੀਰ ਦੀ ਜਿਹੜੀ ਝੀਲ ਹੈ ਨਾ ਬੜੀ ਮਸ਼ਹੂਰ, ਉਹਦੇ ਜਾ ਕੇ ਇਹਨੂੰ ਗੋਤੇ ਦਿਓ ਇੰਝ, ਅਤੇ ਨਾਲ ਕਹੋ ਪਾਣੀ ਠੰਡਾ ਠਾਰ, ਪਾਣੀ ਠੰਡਾ ਠਾਰ, ਕਹਿੰਦਾ ਤੈਨੂੰ ਅਜ਼ੀਮ ਮੁਸਲਮਾਨਾਂ ਦੀ ਫੌਜ ਦਾ ਅਜ਼ੀਮ ਸਿਪਾ ਸਾਲਾਰ, ਇੰਜ ਨੱਪ ਕੇ ਨਾ ਇੰਝ ਇੰਝ ਕਰਕੇ, ਅਤੇ ਨਾਲ ਇਹਨੂੰ ਕਹੋ ਪਾਣੀ ਠੰਡਾ ਠਾਰ, ਕਹਿੰਦਾ ਤੈਨੂੰ ਮੁਸਲਮਾਨਾਂ ਦਾ ਸਿਪਾ ਸਾਲਾਰ, ਗੋਤੇ ਦੋ ਦੇਵਾਂਗੇ ਚਾਰ, ਤੇ ਫਿਰ ਖੁਦ ਮੋਦੀ ਤਾਂ ਬੋਲਣਾ ਕੋਈ ਨਹੀਂ, ਫਿਰ ਤੁਸੀਂ ਖੁਦ ਹੀ ਕਹੋ ਦਸ ਦੇ ਦਿਓ ਵੀਸ ਦੇ ਦਿਓ, ਔਰ ਕਹਿ ਵਾਪਸ ਲਿਆਓ, ਇਹ ਤਰੀਕਾ ਹੈ ਮੋਦੀ ਨੂੰ ਕਾਬੂ ਕਰਨ ਦਾ। ਹਾਂਜੀ ਤੁਸੀਂ ਆਪਣੇ ਘੋੜੇ ਖੋਲੋ, ਅਜੇ ਘੋੜੇ ਤੁਹਾਡੇ ਜਾਣੇ ਕੋਈ ਨਹੀਂ, ਮਕਬੂਜ਼ਾ ਕਸ਼ਮੀਰ ਦੀ ਬੱਚੀਆਂ ਨੂੰ ਫਿਰ ਦਰਿਆਏ ਜੇਹਲਮ ਵਿੱਚ ਛਾਲ ਮਾਰਨ ਦੀ ਲੋੜ ਨਹੀਂ ਰਹਿਣੀ। ਉਹ ਜਦੋਂ ਪਿੱਛੇ ਮੁੜ ਕੇ ਵੇਖਦੀਆਂ ਹਨ ਨਾ ਕਿ ਹੈ ਕੋਈ ਮੁਹੰਮਦ ਬਿਨ ਕਾਸਿਮ ਘੋੜੇ ਲਿਆ ਰਹੇ ਹੋਵੇ, ਤੇ ਜਦੋਂ ਤੁਸੀਂ ਖਾਲਿਦ ਟੈਂਕ ਤੇ ਖੁਦ ਚੱਲ ਪੈਣਾ ਤੇ ਉਹਨਾਂ ਕਹਿਣਾ ਉਹ ਮੁਹੰਮਦ ਬਿਨ ਕਾਸਿਮ ਦਾ ਜਾਂ ਨਸ਼ੀਨ ਆ ਗਿਆ, ਅਬ ਹਮੇ ਦਰਿਆ ਮੇ ਛਲਾਂਗ ਲਗਾਉਣ ਦੀ ਜ਼ਰੂਰਤ ਨਹੀਂ, ਸਾਡੇ ਵਾਰਿਸ ਆ ਗਏ, ਸਾਡੇ ਵਾਲੀ ਆ ਗਏ, ਸਾਡੇ ਨਿਗਹਿਬਾਨ ਆ ਗਏ। ਇਹ ਮੋਦੀ ਇਹਨੇ ਕੀ ਮੇਰੀ ਤਕਰੀਰ ਤੇ ਬਾਰਡਰ ਤੇ ਨਹੀਂ ਤਾਂ ਇੱਕ ਸਪੀਕਰ ਲਾ ਕੇ ਕਰਵਾਓ। ਹਾਂਜੀ ਜੇ ਬਾਰਡਰ ਤੇ ਖੜੇ ਹੋਏ ਹਿੰਦੂ ਸਿੱਖ ਉਹਨਾਂ ਦੀ ਧੋਤੀ ਨਾ ਖੁੱਲੀ ਤੇ ਗੱਲ ਕਰ, ਅਗਰ ਮਗਰ ਨਾਲ ਗੱਲ ਨਹੀਂ ਹੁੰਦੀ। ਕਿਉਂ ਜੀ ਮੋਦੀ ਮੋਦੀ ਖੁਦ ਜਿਹੜਾ ਨਾ ਮੋਦੀ ਇਹ ਉਹਨਾਂ ਹਿੰਦਵਾਣੀਆਂ ਦੀ ਨਸਲ ਚ ਹੋਏ ਮਾਮੂ ਦੇ ਗਜ਼ਨਵੀ ਦੇ ਘੋੜੇ ਦੀਆਂ ਟਾਪਾਂ ਨਾਲ ਜਿਹਨਾਂ ਦੇ ਅਮਲ ਡੈ ਪਾਉਂਦੇ ਸੀ, ਤੇ ਪਾਕਿਸਤਾਨ ਹੁਣ ਸਹੀ ਸਿਮਤ ਤੇ ਆਓ, ਮੋਦੀ ਨਾਲ ਅਮਰੀਕਾ ਖੜਾ ਹੋਣਾ, ਮੈਂ ਸਹੀ ਗੱਲ ਕਰ ਰਿਹਾ, ਅਮਰੀਕਾ ਉਧਰ ਖੜਾ ਹੋਣਾ, ਤੁਸੀਂ ਭਾਵੇਂ ਉਹਨੂੰ ਯਾਰ ਬਣਾ ਦਿਓ, ਅੱਲਾ ਰਸੂਲ ਦਾ ਜੇ ਫੈਸਲਾ ਯਹੂਦ ਨਸਾਰਾ ਤੁਹਾਡੇ ਯਾਰ ਨਹੀਂ ਹੋ ਸਕਦੇ। ਯਾ ਯੂ ਅੱਲਜ਼ੀਨਾ ਮਨੂ ਲਾ ਤਤਖਜ਼ੁ ਅਲਯਹੂਦ ਵਨਸਾਰਾ ਔਲੀਆ, ਮਾ ਇਮਾਨ ਵਾਲੇ ਉਹ ਯਹੂਦ ਨਸਰਾ ਨੂੰ ਯਾਰ ਨਹੀਂ ਬਣਾਉਣਾ, ਬਾਅਦ ਉਹ ਮੌਲੀਆ ਬਾਅਦ, ਇੱਕ ਦੂਸਰੇ ਦੇ ਯਾਰ ਜ਼ਰੂਰ ਹਨ ਹਾਂ, ਲੇਕਿਨ ਤੁਹਾਡੇ ਯਾਰ ਨਹੀਂ। ਵਮਈਆ ਤਵੱਲਾ ਮਿਨਕੁਮ ਫੈਨਲਾ ਮਿਨਹੁਮ, ਤੇ ਜੇ ਇਹਨਾਂ ਨੂੰ ਯਾਰ ਬਣਾਇਆ ਫਿਰ ਉਹ ਉਹਨਾਂ ਵਿੱਚੋਂ ਏ, ਇਹ ਕੁਰਾਨ ਦੀ ਨਸ ਏ। ਅਮਰੀਕਾ ਕਦੇ ਵੀ ਪਾਕਿਸਤਾਨ ਨਾਲ ਔਖੇ ਵੇਲੇ 'ਚ ਖੜਾ ਨਹੀਂ ਹੋਣਾ, ਔਖੇ ਵੇਲੇ ਜਦੋਂ ਖੜਾਉਣਾ ਦਾਤਾ ਅਲੀ ਅਜਮੇਰੀ ਖੜਾਉਣਾ, ਸੁਲਤਾਨ ਉਲ ਹਿੰਦ ਖੜਾਉਣਾ, ਮਹਿਮੂਦ ਗਜ਼ਨਵੀ ਦੀ ਰੂਹ ਆ ਜਾਣੀ, ਸ਼ਹਾਬਉਦੀਨ ਮੁਹੰਮਦ ਗੌਰੀ ਦੀ ਰੂਹ ਆ ਜਾਣੀ, ਕੁਤਬਉਦੀਨ ਐਬਕ ਦੀ ਰੂਹ ਆ ਜਾਣੀ, ਯੂਸਫ ਬਿਨ ਤਾਸ਼ਫੀਨ ਦੀ ਰੂਹ ਆ ਜਾਣੀ, ਮੂਸਾ ਬਿਨ ਨੁਸੈਰ ਦੀ ਨੂਰ ਆ ਜਾਣੀ, ਤਾਰਿਕ ਬਿਨ ਜ਼ਿਆਦ ਵੀ ਆ ਜਾਣਾ, ਖਾਲਿਦ ਬਿਨ ਵਲੀਦ ਦੀ ਤਵੱਜੋ ਵੀ ਆ ਜਾਣੀ, ਹਜ਼ਰਤ ਕਾਕਾ ਦੀ ਤਵੱਜੋ ਵੀ ਆ ਜਾਣੀ, ਹਜ਼ਰਤ ਸ਼ੁਰਹਬੀਲ ਦੀ ਤਵੱਜੋ ਵੀ ਆ ਜਾਣੀ, ਹਜ਼ਰਤ ਮੁਸੰਨਾ ਦੀ ਵੀ ਆ ਜਾਣੀ, ਹਜ਼ਰਤ ਇਕਰਮਾ ਬਿਨ ਅਬੀ ਜਾਲ ਦੀ ਵੀ ਆ ਜਾਣੀ, ਇਹ ਸਾਰੇ ਸ਼ੇਰ ਆ ਜਾਣੇ। ਅਮਰੀਕਾ ਨਹੀਂ ਆਉਣਾ, ਉਹ ਕਹਿਣਗੇ ਇਸਲਾਮ ਨੂੰ ਲੋੜ ਜੇ ਪੈ ਗਈ ਆ, ਇਹਨਾਂ ਫਕੀਰਾਂ ਵੀ ਆ ਜਾਣਾ। ਜੰਗੇ ਯਰਮੂਕ ਵਿੱਚ ਹਜ਼ਰਤ ਅਬੂ ਸੁਫੀਆਨ ਵੇਖ ਕੇ ਕਿਹਾ ਸੀ, ਜਦੋਂ ਲਰਜ਼ਾ ਹਰ ਤਰਫ ਲਰਜ਼ਾ ਤਾਰੀ, 3.5 ਲੱਖ ਫੌਜ ਸੀ ਰੂਮੀਆਂ ਦੀ, ਸਹਾਬਾ ਦੀ ਤਾਦਾਦ ਸਿਰਫ 35,000 ਸੀ, ਤੇ ਜਦੋਂ ਵੇਖਿਆ ਨਾ ਹਰ ਸਹਾਬੀ ਨੇ ਖੁਤਬਾ ਦਿੱਤਾ ਤਾਂ ਕਿ ਮੁਸਲਮਾਨਾਂ ਦੇ ਜਜ਼ਬੇ ਬੁਲੰਦ ਰਵਨ, ਆਖਿਰ ਜਦੋਂ ਹਜ਼ਰਤ ਅਬੂ ਸੁਫੀਆਨ ਵੇਖਿਆ ਕਿ ਗੱਲ ਨਹੀਂ ਬਣ ਰਹੀ ਤੇ ਆਪ ਨੇ ਫਰਮਾਇਆ ਹਾਜ਼ਾ ਰਸੂਲ ਉੱਲਾਹ, ਫਰਮਾਇਆ ਪਰੇਸ਼ਾਨ ਕਿਉਂ ਹੋ, ਇਹ ਰਸੂਲ ਉੱਲਾਹ ਵੀ ਜਲਵਾ ਕਰ ਰਹੇ ਆ, ਇਹ ਹਾਜ਼ਾ ਇਸ਼ਾਰਾ ਕਰੀਬ ਵਾਸਤੇ, ਜ਼ਾਲਿਕਾ ਕਿਉਂ ਜੀ ਮੌਲਾਨਾ, ਇਹ ਅਰਬੀ ਦਾ ਕਾਇਦਾ ਹੈ, ਜ਼ਾਲਿਕਾ ਦੂਰ ਵਾਸਤੇ।